ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਹਰਸੁਖ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ। ਯਾਰ ਰੋਜ਼ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦਾ, ਤੁਸੀਂ ਸਬਸਕ੍ਰਾਈਬ ਨਹੀਂ ਕਰਦੇ, ਜਲਦੀ ਜਲਦੀ ਕਰ ਲਓ ਪਹਿਲੇ THP ਦਾ ਹਰਸੁਖ ਪ੍ਰੋਡਕਸ਼ਨ ਨੂੰ ਸਬਸਕ੍ਰਾਈਬ, ਫਿਰ ਦੱਸਦੇ ਹਾਂ ਨਵੀਂ ਨਿਊਜ਼ ਜਿਹੜੀ ਅੱਜ ਕੱਲ੍ਹ ਬਹੁਤ ਬਹੁਤ ਜ਼ਿਆਦਾ ਗੇਮ ਦੇ ਬਾਰੇ ਨਿਊਜ਼ ਵੀ ਹੋਏਗੀ ਅਤੇ ਗੇਮ ਦੇ ਬਾਰੇ ਗਾਣਾ ਆਉਣ ਵਾਲਾ ਹੈ। ਥੰਬਨੇਲ ਦੇਖ ਕੇ ਅਤੇ ਗਾਣਾ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਏਗਾ ਕਿ ਕਿਹੜੀ ਗੇਮ ਕਰ ਰਹੇ ਦੇ ਬਾਰੇ ਗੱਲ ਕਰ ਰਹੇ ਹਾਂ, ਪਰ ਦੱਸਾਂਗੇ ਥੋੜ੍ਹੀ ਦੇਰ ਬਾਅਦ ਜਦੋਂ ਤੁਸੀਂ ਕਰ ਲਓਗੇ ਸਬਸਕ੍ਰਾਈਬ। THP ਨੂੰ ਕਰ ਲਓ ਸਬਸਕ੍ਰਾਈਬ, 10 9 8 7 6 5 4 3 2 1 ਕਰ ਲਿਆ ਹੋਏਗਾ ਸਬਸਕ੍ਰਾਈਬ। ਅੱਜ ਗੱਲ ਕਰਾਂਗੇ ਆਪਾਂ ਸਭ ਤੋਂ ਵੱਡੀ ਗੇਮ ਜਿਹੜੀ ਪਲੇ ਸਟੋਰ 'ਤੇ ਕਮਾ ਚੁੱਕੀ ਹੈ ਬਹੁਤ ਪੈਸੇ, ਅਤੇ ਪਲੇ ਸਟੋਰ 'ਤੇ ਨਾਮ ਹੈ ਉਹਦਾ ਨੰਬਰ 1 ਗਾਣੇ, ਉਹਦਾ ਜਿਹੜੀ ਗੇਮ ਦਾ ਨਾਮ ਹੈ ਪਬਜੀ ਅਤੇ ਗਾਣੇ ਦਾ ਨਾਮ ਵੀ ਹੈ ਪਬਜੀ। ਪਹਿਲਾਂ ਤੁਹਾਨੂੰ ਦੱਸ ਦਈਏ ਪਬਜੀ ਦਾ ਫੁੱਲ ਫਾਰਮ ਕੀ ਹੁੰਦਾ ਹੈ, ਪਲੇਅਰਸ ਅੰਡਰਗਰਾਊਂਡ ਬੈਟਲ ਗਰਾਊਂਡ, ਅਨਨੋਨ ਬੈਟਲ ਗਰਾਊਂਡ ਹੁੰਦਾ ਹੈ, ਜਿਹੜਾ ਕਿ ਇਹਦਾ ਮਤਲਬ ਹੁੰਦਾ ਕਿ ਪਲੇਅਰਸ ਦਾ ਜਿਹੜਾ ਪਤਾ ਨਹੀਂ ਕਿਹੜੇ ਬੈਟਲ ਗਰਾਊਂਡ 'ਚ ਉਹਨਾਂ ਨੇ ਪੈ ਜਾਣਾ ਅਤੇ ਕਿਸ 'ਚ ਉਹਨਾਂ ਨੂੰ ਕਰਨੀ ਪੈਣੀ ਹੈ। ਉਹ ਵੀ ਲੋਕ ਗਰੁੱਪਸ ਬਣਾਉਂਦੇ ਆ, ਜ਼ੋਂਬੀਜ਼ ਆਉਂਦੇ ਨੇ ਇਹਦੇ 'ਚ, ਅਤੇ ਲੋਕ ਫਰੈਂਡਸ ਬਣਾ ਕੇ ਖੇਡਦੇ ਨੇ ਆਪਣੀ ਟੀਮ ਨਾਲ, ਇਹਦੇ ਵਿੱਚ ਲੋਕਾਂ ਨੂੰ ਮਾਰਨਾ ਹੁੰਦਾ ਇੱਕ ਦੂਜੇ ਨੂੰ, ਉਹੀ ਗੇਮ ਹੈ ਵੈਸੇ ਪਬਜੀ ਗੇਮ ਹੈ। ਅਤੇ ਪਬਜੀ ਵਿੱਚ ਗਾਣਾ, ਪਬਜੀ ਬਹੁਤ ਚੱਲਦੀ ਵੀ ਅੱਜ ਕੱਲ੍ਹ, ਅਤੇ ਉੱਤੇ ਇੱਕ ਆਪਣੇ ਵਧੀਆ ਸਿੰਗਰ ਜਿਹੜੇ ਬਹੁਤ ਅੱਛੇ ਨੇ, ਅਤੇ ਸ਼ੇਅਰ ਚਾਟ 'ਤੇ ਉਹਨਾਂ ਨੇ ਇੱਕ ਪੋਸਟ ਪਾਈ ਸੀਗੀ ਜਿਹਦਾ ਨਾਮ ਸੀਗਾ ਪਬਜੀ ਸੌਂਗ ਕਮਿੰਗ ਸੂਨ, ਅਤੇ ਸਿੰਗਰ ਦਾ ਨਾਮ ਹੈ ਬੰਟੀ ਭੁੱਲਰ। ਅਤੇ ਬੰਟੀ ਭੁੱਲਰ ਜੀ ਬਹੁਤ ਵਧੀਆ ਗਾਣਾ ਕਰਦੇ ਨੇ, ਬਹੁਤ ਮਤਲਬ ਅੱਛਾ ਜਿਹਾ ਗਾਣਾ ਗਾਉਂਦੇ ਨੇ, ਮਤਲਬ ਉਹਨਾਂ ਦੀ ਸਿੰਗਿੰਗ ਬਹੁਤ ਅੱਛੀ ਹੈ ਅਤੇ ਉਹ ਗਾਣੇ ਬਹੁਤ ਅੱਛੇ ਗਾਉਂਦੇ ਨੇ। ਉਹਨਾਂ ਨੇ ਹੀ ਲੈ ਕੇ ਆਇਆ ਇੱਕ ਨਵਾਂ ਸੌਂਗ ਜਿਹਦਾ ਨਾਮ ਹੈ ਪਬਜੀ ਕਮਿੰਗ ਸੂਨ, ਲਿਖਿਆ ਉਹਨਾਂ ਨੇ ਇਸ ਪੋਸਟ 'ਤੇ, ਪਹਿਲਾਂ ਤੁਸੀਂ ਚੈੱਕਆਊਟ ਕਰੋ ਇਸ ਪੋਸਟਰ ਨੂੰ। ਗਾਣੇ ਵਗੈਰਾ ਦੀ ਕਰੀਏ ਡਿਟੇਲਸ ਦੀ ਗੱਲ, ਤਾਂ ਹੁਣ ਡਿਟੇਲਸ ਤੋਂ ਪਹਿਲਾਂ ਤੁਸੀਂ ਚੈੱਕਆਊਟ ਕਰੋ ਇਸ ਪੋਸਟ ਨੂੰ। ਉਹਨਾਂ ਨੇ ਪੋਸਟ 'ਤੇ ਲਿਖਿਆ ਸੀ ਸ਼ੇਅਰ ਚਾਟ ਫੈਮਿਲੀ ਲਈ ਇੱਕ ਸਰਪ੍ਰਾਈਜ਼, ਉਹਨਾਂ ਨੇ ਇਹ ਲਿਖਿਆ ਸੀ ਆਪਣੀ ਸ਼ੇਅਰ ਚਾਟ ਦੇ ਉੱਤੇ ਜਦੋਂ ਵੈਰੀਫਾਈਡ ਪੇਜ ਹੈ ਉਹਦੇ 'ਤੇ ਤੁਸੀਂ ਚੈੱਕਆਊਟ ਕਰ ਸਕਦੇ ਹੋ ਆਪਣੇ ਆਪ, ਲਿਖਿਆ ਉਹਨਾਂ ਨੇ ਪੋਸਟਰ 'ਤੇ ਸਿੰਗਰ ਲਿਰਿਕਸ ਐਂਡ ਕੰਪੋਜ਼ਰ ਉਹ ਸਾਰੇ ਆਪ ਬੰਟੀ ਭੁੱਲਰ ਜੀ ਨੇ, ਅਤੇ ਜਿਹੜਾ ਮਿਊਜ਼ਿਕ ਕੀਤਾ ਹੈ ਉਹ ਬਲੈਕ ਵਾਇਰਸ ਨੇ ਕੀਤਾ ਹੈ, ਬਹੁਤ ਅੱਛਾ ਮਿਊਜ਼ਿਕ ਕਰਦੇ ਨੇ। ਅਤੇ ਇਹ ਇਹਨਾਂ ਨੇ ਲਿਖਿਆ ਸੀਗਾ ਕਿ ਉਹਦੇ ਹੈਸ਼ਟੈਗ ਪਾਇਆ ਬੰਟੀ ਅਤੇ ਭੁੱਲਰ, ਬੰਟੀ ਭੁੱਲਰ ਹੈਸ਼ਟੈਗ ਹੈ, ਜਿਹੜੇ ਵੈਰੀਫਾਈਡ ਅਕਾਊਂਟ ਤੁਸੀਂ ਚਾਹੋ ਕਿ ਚੈੱਕਆਊਟ ਕਰ ਸਕਦੇ ਹੋ ਸ਼ੇਅਰ ਚੈਟ ਦੇ ਆਫਿਸ਼ੀਅਲ ਐਪ 'ਤੇ। ਸ਼ੇਅਰ ਚੈਟ ਫੈਮਿਲੀ ਲਈ ਸਰਪ੍ਰਾਈਜ਼ ਲੈ ਕੇ ਆਉਂਦੇ ਆ ਕਹਿੰਦੇ, ਅਤੇ ਉਹਨਾਂ ਦੇ ਪੋਸਟਰ ਵੀ ਬਹੁਤ ਅੱਛਾ ਹੈ, ਪਬਜੀ ਦਾ ਬਣਾਇਆ ਪੋਸਟਰ, ਪਬਜੀ ਸੌਂਗ ਆਉਣ ਵਾਲਾ ਉਹਨਾਂ ਦਾ ਬੰਟੀ ਭੁੱਲਰ ਦਾ, ਮੈਨੂੰ ਲੱਗਦਾ ਪਬਜੀ ਸੌਂਗ ਉਹਨਾਂ ਦਾ ਵਧੀਆ ਜਿਹਾ ਹੋਏਗਾ, ਮਤਲਬ ਕੋਈ ਗਾਣਾ ਬਹੁਤ, ਕਈ ਗਾਣੇ ਆਏ ਨੇ ਪਬਜੀ ਦੇ, ਉਵੇਂ ਦਾ ਵੀ ਗਾਣਾ ਹੋ ਸਕਦਾ, ਪੰਜਾਬੀ ਗਾਣਾ ਹੋਏਗਾ, ਮੈਨੂੰ ਲੱਗਦਾ ਬਹੁਤ ਅੱਛਾ ਹੋਏਗਾ, ਸੈਡ ਨਹੀਂ ਇਹ 'ਚ ਧਮਾਕੇਦਾਰ ਹੋਏਗਾ ਕਿ ਲੋਕਾਂ ਨੂੰ ਪਸੰਦ ਆਏ, ਬਹੁਤ ਵਧੀਆ ਲੱਗੇਗਾ ਮੈਨੂੰ ਤਾਂ ਗਾਣਾ, ਕਿਉਂਕਿ ਪਬਜੀ ਦੇ ਫੈਨ ਸਾਰੇ ਨੇ ਅਤੇ ਪਬਜੀ ਬਹੁਤ ਉੱਪਰ ਬਣ ਚੁੱਕੀ, ਹੀਰੋ ਬਣ ਚੁੱਕੀ ਹੈ। ਤੁਸੀਂ ਪਬਜੀ ਦੀ ਸਟੋਰੀ ਵਗੈਰਾ ਸੁਣਨ ਲਈ ਕਰ ਲਓ ਯੂਟਿਊਬ 'ਤੇ ਸਰਚ, ਬਾਏ ਬਾਏ ਸਿਮੂਲੇਟਰ, ਟਾਟਾ ਬਾਏ THP ਨੂੰ ਕਰ ਲਓ ਸਬਸਕ੍ਰਾਈਬ, ਲਾਈਕ ਕਰ ਦਿਓ, ਵੀਡੀਓ ਨੂੰ ਸ਼ੇਅਰ ਕਰ ਦਿਓ।